ਹਾਂਜੀ ਸਤਿ ਸ੍ਰੀ ਅਕਾਲ ਜੀ ਫੋਲਸਰ ਸਾਹਿਬ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖੈਰ ਤੇ ਤੁਸੀਂ ਦੇਖਦੇ ਪਈ ਯੂਰਪ ਤੋਂ ਪੰਜਾਬੀ ਚੈਨਲ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਤੁਹਾਨੂੰ ਦੱਸਿਆ ਜਾਊਗਾ ਕਿ ਜਿਹੜੇ ਆਪਣੇ 9 ਮਹੀਨੇ ਵਾਲਾ ਜਿਹੜਾ ਆਪਣਾ ਰਿਸ਼ੀ ਬੁੱਤਾ ਹੁੰਦਾ ਹੈ ਉਸ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਤੇ ਜੇ ਆਪਾਂ ਨੂੰ ਕੋਈ ਕਹੇ ਕਿ ਜਿੱਦਾਂ ਹੁਣ ਮੈਨੂੰ ਵੀਰ ਨੇ ਇੱਕ ਮੈਸੇਜ ਕੀਤਾ ਹੈ ਤੇ ਮੈਂ ਤੁਹਾਨੂੰ ਉਹ ਮੈਸੇਜ ਦਿਖਾਵਾਂਗਾ ਤੇ ਉਹ ਵੀ ਸ਼ੀਬ ਤਰਵ ਕਹਾਂਗਾ ਬਟ ਮੈਂ ਉਹਦੇ ਉੱਪਰ ਕੱਟ ਕੀਤਾ ਹੋਇਆ ਕਿਉਂਕਿ ਮੈਂ ਕਿਸੇ ਦੀ ਜਿੱਦਾਂ ਕੋਈ ਪਰਸਨਲ ਜਿਹੜੀ ਚੀਜ਼ ਆ ਉਹ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਕਿ ਕੌਣ ਹੈ ਕਿੱਥੋਂ ਦੇ ਪੇਪਰ ਭਰੇ ਨੇ ਕੀ ਉਹਦਾ ਕੋਡ ਇਚ ਹੈ ਕੀ ਦਮਾੰਦਾ ਨੰਬਰ ਹੈ ਮੈਂ ਇਹ ਚ ਜਣ ਦੱਸ ਸਕਦਾ ਮੈਂ ਸਿਰਫ ਇਹ ਦੱਸਾਂਗਾ ਤੁਹਾਨੂੰ ਕਿ ਕਿੰਨੀ ਤਰੀਕ ਨੂੰ ਭਰੇ ਹੋਏ ਨੇ ਪੇਪਰ ਤੇ ਉਹਨਾਂ ਨੇ ਸਾਨੂੰ ਜਿਹੜਾ ਸਵਾਲ ਪੁੱਛਿਆ ਹੈ ਉਹਦਾ ਤੁਹਾਨੂੰ ਮੈਂ ਜਵਾਬ ਦਵਾਂਗਾ ਯਾਨੀ ਕਿ ਤੁਹਾਨੂੰ ਕੱਲਿਆਂ ਨੂੰ ਨਹੀਂ ਜਿੱਦਾਂ ਨਾਲ ਉਹਨਾਂ ਨੂੰ ਵੀ ਜਵਾਬ ਦਵਾਂਗਾ ਜਿਨ੍ਹਾਂ ਨੇ ਜਿੱਦਾਂ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਜਿੱਦਾਂ ਮੈਸੇਜ ਕੀਤਾ ਸੀਗਾ ਤੇ ਮੈਂ ਤੁਹਾਨੂੰ ਦੱਸਾਂਗਾ ਠੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਨੇ ਮੋਰੀ ਰਿਕੁਐਸਟ ਕਰਦਾ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੀਸਸ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰੋ ਵੀਡੀਓ ਜੇ ਵੀਡੀਓ ਚੰਗੀ ਲੱਗੇ ਠੀਕ ਹੈ ਤੇ ਚਲੋ ਕਰਦੇ ਹਾਂ ਸਟਾਰਟ ਜਿੱਦਾਂ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀਗਾ ਇੰਸਟਾਗ੍ਰam ਤੇ ਦੋ ਦਿਨ ਹੋ ਗਏ ਨੇ ਤੇ ਉਹਨਾਂ ਲਿਖਿਆ ਸੀਗਾ ਕਿ ਵੀਰ ਇਸ ਪੇਪਰ ਤੋਂ ਪਤਾ ਲੱਗ ਸਕਦਾ ਮੇਰੇ ਪੇਪਰ ਨਿਕਲੇ ਹੁਣ ਨਿਕਲੇ ਹੋਣ ਜਾਂ ਨਹੀਂ ਤੇ ਮੇਰੇ ਫਰੈਂਡ ਨੇ ਭਰੇ ਨੇ ਕਹਿੰਦਾ ਨਿਕਲ ਆਏ ਆ ਬਟ ਨੂੰ ਲਾਸਤਾ ਨਹੀਂ ਭੇਜ ਰਿਹਾ ਠੀਕ ਹੈ ਜੀ ਤੇ ਕਹਿੰਦਾ ਇਹ ਪੇਪਰ ਤੂੰ ਪਤਾ ਕਰਵਾ ਲਓ ਜਿਹੜਾ ਕਿ ਉਹਨਾਂ ਨੇ ਮੈਨੂੰ ਪੇਪਰ ਦਿੱਤਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਕਿ ਪੇਪਰ ਤੋਂ ਪਤਾ ਲਗਵਾ ਲਓ ਤੇ ਅਸੀਂ ਵੀਰ ਜੀ ਅੱਧੀ ਪੇਮੈਂਟ ਜਿਹੜੀ ਉਹਨਾਂ ਨੇ ਉਹ ਕਰ ਦਿੱਤੀ ਹੋਈ ਆ ਤੇ ਮੈਂ ਤਾਂ ਨਾ ਇੰਡੀਆ ਕੰਮ ਕਰ ਇਹ ਕੰਮ ਕਰ ਰਿਹਾ ਮੈਂ ਤੇ ਨਾ ਜਦਾਂ ਮੈਂ ਜਦਾਂ ਹੋ ਰਿਹਾ ਹੈ ਜਾਨਕਿ ਜਦਾਂ ਵੀ ਕਹਿ ਸਕਦਾ ਥੋੜੇ ਸਾਈਡ ਨੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਰਿਕਵੈਸਟ ਰਿਕਵੈਸਟ ਕਰਾਂਗਾ ਸੌਰੀ ਕਿ ਜੇ ਜਦਾਂ ਵੀ ਤੁਸੀਂ ਜਦਾਂ ਪਹਿਲੀ ਗੱਲ ਤੇ ਇਦਾਂ ਪੈਸੇ ਨਹੀਂ ਇਹ ਦੇਈ ਦੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਪੈਸੇ ਇਦਾਂ ਜਦੋਂ ਪੇਪਰ ਭਰਨੇ ਹੁੰਦੇ ਇੰਨੇ ਨਹੀਂ ਦੇਈ ਦੇ ਅੱਧੇ ਪੈਸੇ ਨਹੀਂ ਦੇਈ ਦੇ ਠੀਕ ਹੈ ਜੀ ਕੋਈ ਗਾਰੰਟੀ ਨਹੀਂ ਹੈਗੀ ਥੋੜੇ ਬਾਲੇ ਚਲੋ ਦੇ ਦੇ ਜੇ ਜਿਆਦਾ ਹੀ ਗੱਲ ਹੈ ਕੋਈ ਗਾਰੰਟੀ ਮੰਗਦਾ ਨਹੀਂ ਤੇ ਉਹਨਾਂ ਨੂੰ ਸਿੱਧਾ ਕੋਪ ਪਈ ਇਹ ਨਹੀਂ ਪੈਸੇ ਨਹੀਂ ਦੇ ਸਕਦੇ ਠੀਕ ਹੈ ਤੇ ਦੂਜੀ ਗੱਲ ਜਦਾਂ ਹੁਣ ਤੁਸੀਂ ਵੀ ਸਾਨੂੰ ਪੁੱਛਿਆ ਆਹ ਵਾਲਾ ਇਹਨਾਂ ਨੇ ਸਾਨੂੰ ਭੇਜਿਆ ਹੋਇਆ ਜਾਨੀ ਕਿ ਰਸੀਬ ਉਤਾ ਭੇਜਿਆ ਹੈ ਦਮਾਂਦੇ ਦਾ ਰਸੀਬ ਉਤਾ ਠੀਕ ਹੁਣ ਦਮਾਂਦੇ ਦਾ ਰਸੀਬ ਉਤਾ ਇਹ ਤੂੰ ਆਪਾਂ ਪਹਿਲੀ ਗੱਲ ਇਹ ਹੈ ਕਿ ਕੋਈ ਤੀਜਾ ਜਾਂ ਚੌਥਾ ਬੰਦਾ ਜਿਹੜਾ ਉਹ ਪੇਪਰ ਜਿਹੜੇ ਆ ਉਹ ਚੈੱਕ ਨਹੀਂ ਕਰ ਸਕਦਾ ਇਹਦੇ ਵਿੱਚ ਸਾਨੂੰ ਉਹ ਬੰਦਾ ਹੀ ਪੇਪਰ ਚੈੱਕ ਕਰ ਸਕਦਾ ਹੈ ਜਿਹੜੇ ਬੰਦੇ ਨੇ ਪੇਪਰ ਭਰੇ ਹੁੰਦੇ ਨੇ ਜਾਨੀ ਕਿ ਜਿਨ੍ਹਾਂ ਨੇ ਆਪਣਾ ਈਮੇਲ ਡਰੈਸ ਉਹਨਾਂ ਨੇ ਆਪਣੀ ਸਪੈਡ ਆਈਡੀ ਉਹ ਬੰਦੇ ਜਿੱਦਾਂ ਕਹ ਸਕਦੇ ਆਏ ਕਮਰਚਲਿਸਟ ਲਗਾ ਲਓ ਜਾਂ ਕੋਈ ਵਕੀਲ ਲਗਾ ਲਓ ਜਿਨ੍ਹਾਂ ਨੂੰ ਆਪਾਂ ਵਕੀਲ ਕਹਿੰਦੇ ਆਂ ਬਟ ਵਕੀਲ ਨਹੀਂ ਹੁੰਦੇ ਕਮਰਚਲਿਸਟ ਜਾਂ ਜਿਹੜੇ ਪੇਪਰ ਉੱਪਰ ਭਰਦੇ ਨੇ ਉਹ ਵਾਲੇ ਹੁੰਦੇ ਨੇ ਪਤਰੋਨਾ ਤੋਂ ਕਮਰਚਲਿਸਟ ਤੇ ਇਦਾਂ ਦੇ ਜਿੱਦਾਂ ਰੱਜੂ ਨੇਰੇ ਇਹ ਜਿੱਦਾਂ ਵੀ ਇਹ ਹੁੰਦੇ ਆ ਮਾਲਕਾਂ ਦੇ ਆਪਣੇ ਜਿੱਦਾਂ ਉਹਨਾਂ ਨੇ ਰੱਖੇ ਹੁੰਦੇ ਆ ਉਹਨਾਂ ਨੂੰ 150 200 400 ਸਾਲ ਦਾ ਦਿੰਦੇ ਨੇ ਤੇ ਉਹਨਾਂ ਨੇ ਜਿੱਦਾਂ ਸਾਰਾ ਹਸਾਬ-ਤਬ ਰੱਖਣਾ ਹੁੰਦਾ ਠੀਕ ਹੈ ਇਸ ਕਰਕੇ ਜਿੱਦਾਂ ਉਹਨਾਂ ਨੇ ਥੋੜੇ ਵਾਲੇ ਜਿੱਦਾਂ ਵੀ ਆਪਣਾ ਕਾਰ ਕਰਕੇ ਤੋਂ ਉਹਨਾਂ ਨੇ ਦਮਾਨ ਦੇ ਤੇ ਲੈਣੇ ਹੁੰਦੇ ਆ ਜਿੰਨੇ ਹੁਣ ਇਸ ਤੋਂ ਆਪਾਂ ਉਹਨੂੰ ਜਿਹੋ ਜੋ ਵੀਰ ਨੇ ਆਪ ਨੂੰ ਪੁੱਛਿਆ ਆਪਾਂ ਉਸ ਗੱਲ ਦਈਏ ਪਹਿਲੀ ਗੱਲ ਇਹ ਆ ਕਿ ਵੀਰ ਜੀ 5 11 2020 ਦੇ ਵਿੱਚ ਜਿਹੜੇ ਤੁਹਾਡੇ ਪੇਪਰ ਭਰੇ ਹੋਏ ਆ ਠੀਕ ਹੈ ਜੀ ਇਹ ਜਿਹੜਾ ਦਾਤਾ ਇਹ ਔਰਾ ਦੀ ਰਿਚੇ ਸਿਉਣ ਦੀ ਮੰਗ ਦਾ ਜਦੋਂ ਦਮਾਂਦੇ ਤੇ ਜਿੱਦਾਂ ਡੇਟ ਤੇ ਟਾਈਮ ਜਿਹੜਾ ਉਹਨਾਂ ਦਮਾਂਦੇ ਦਾ ਦੱਸਿਆ ਹੋਇਆ 5 11 2020 ਨੂੰ ਇਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੇਪਰ ਜਿਹੜੇ ਬਹੁਤ ਜ਼ਿਆਦਾ ਲੇਟ ਭਰੇ ਆ ਅੰਦਾਜ਼ਾ ਕਿ ਇਹਦਾ ਸ਼ੋਰ ਹੈ ਇਹਦਾ ਬਹੁਤ ਲੇਟ ਭਰੇ ਆ ਯਾਨੀ ਕਿ 8 10 ਦਿਨ ਲੇਟ ਹੋ ਗਏ ਨੇ ਨਵੰਬਰ ਮਹੀਨੇ ਭਰੇ ਹੋਏ ਨੇ 2020 ਨੂੰ ਤੇ ਪੇਪਰ ਖੁੱਲੇ ਸੀਗੇ 27 ਅਕਤੂਬਰ ਨੂੰ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਕਿ ਜੇ ਉਹਨੋਂ ਕਹਿੰਦੇ ਨੇ ਕਿ ਪੇਪਰ ਤੁਹਾਡੇ ਨਿਕਲ ਆਏ ਨੇ ਤੇ ਇਸ ਨੂੰ ਚੈੱਕ ਕਰਵਾ ਲਓ ਇਹ ਬਿਲਕੁਲ ਜਿੱਦਾਂ ਝੂਠ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਐਦਾਂ ਨਹੀਂ ਪੇਪਰ ਨਿਕਲਦੇ ਹੁੰਦੇ ਕਿ ਪੇਪਰ ਨਿਕਲ ਆਏ ਆ ਤੇ ਤੁਸੀਂ ਜਿੱਦਾਂ ਇਸ ਚੈੱਕ ਕਰਾ ਲਓ ਜੇ ਪੇਪਰ ਨਿਕਲੇ ਆ ਤੇ ਤੁਸੀਂ ਸਿੱਧਾ ਕਹੋ ਕਿ ਆਹ ਦੇਖੋ ਮੇਲ ਆਈ ਆ ਆ ਜੋ ਤੁਹਾਡੇ ਮਾਲਕ ਦਾ ਨਾਮ ਹੈ ਜੋ ਤੁਹਾਡਾ ਆਪਣਾ ਇਹ ਬੰਦੇ ਦਾ ਨਾਮ ਠੀਕ ਹੈ ਜੀ ਇਦੇ ਵਿੱਚ ਇੱਕ ਨਿਉਮੀ ਨੋਮੀ ਦੇ ਦਿਲ ਰਿਕੀ ਦੈਂਤੇ ਹੁੰਦਾ ਜਿਹੜਾ ਮਾਲਕ ਠੀਕ ਹੈ ਤੇ ਇੱਕ ਨਿਉਮੀ ਨੋਮੀ ਲਾਬੋਰਾ ਤੋਰੇ ਜਿਹੜਾ ਕਿ ਬੰਦਾ ਯਾਨੀ ਕਿ ਕਾਮਾ ਜਿਹੜਾ ਆਪਣਾ ਇੰਡੀਆ ਤੋਂ ਵੀਰ ਆਉਣ ਵਾਲਾ ਠੀਕ ਹੈ ਇਹ ਦੋ ਹੁੰਦੇ ਨੇ ਕੋਦੀਚੇ ਵੈਰੀਫਿਕਾ ਉਹ ਵਾਲਾ ਕੋਦੀਚੇ ਵੈਰੀਫਿਕਾ ਹੁੰਦਾ ਨਾ ਜਿਹੜਾ ਜਿੱਤੇ ਲਿਖਿਆ ਆ ਆਇਡੈਂਟੀਫਿਕਾ ਆਇਡੈਂਟੀਫਿਕਾਟਿਵੋ ਦੋਮਾਂਡਾ ਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਮੰਨਦੇ ਦੀ ਤੇ ਉਹ ਤੋਂ ਨੀਚੇ ਹੁੰਦਾ ਕੋਦੀ ਚ ਵੈਰੀਫਾਈ ਕਰ ਯਾਨੀ ਕਿ ਵੈਰੀਫਾਈ ਕਰ ਸਕਦੇ ਆ ਆਪਾਂ ਇਹ ਜਿਹੜਾ ਕੋਡ ਹੁੰਦਾ ਇੱਕ ਠੀਕ ਹੈ ਜੀ ਤੇ ਜੇ ਹੁਣ ਉਹ ਵੀਰ ਹੁਣੀ ਕਹਿੰਦੇ ਕਿ ਜਿੱਦਾਂ ਇੱਥੋਂ ਤੁਸੀਂ ਚੈੱਕ ਕਰ ਲੋਗੇ ਹੀ ਨਹੀਂ ਕਰ ਸਕਦੇ ਸਾਨੂੰ ਉਹ ਚ ਪ੍ਰੈਫਰ ਤੂਰੇ ਵਾਲੇ ਕਰਨਗੇ ਚਾਹ ਜਿਨ੍ਹਾਂ ਨੇ ਉਹ ਜਿਹੜੀ ਸਪੀਡ ਆਈਡੀ ਜਾਂ ਜਿਨ੍ਹਾਂ ਨੇ ਮੇਲ ਵਿੱਚ ਲਗਾਈ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਉਹ ਆਪਣੀ ਖੁੱਲ ਜਾਂਦੀ ਆ ਜਿੱਦਾਂ ਮੇਲ ਦੇ ਰਹੇ ਯਾਨੀ ਕਿ ਜਿੰਦਰਾ ਲੱਗਾ ਹੁੰਦਾ ਸਪੀਡ ਆਈਡੀ ਇੱਕ ਕੋਡ ਹੁੰਦਾ ਜਿੱਦਾਂ ਇੱਕ ਪੀਨ ਨੰਬਰ ਹੁੰਦਾ ਵਾ ਉਹ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਨਾ ਕਿ ਵਕੀਲ ਕਿਸੇ ਨੂੰ ਦੇ ਸਕਦੇ ਆ ਠੀਕ ਦੂਜੇ ਨੰਬਰ ਤੇ ਇਹ ਗੱਲ ਰਹੀ ਆਪਣੀ ਵੀ ਜਿਉ ਕਹਿਣ ਕੇ ਸਾਡੇ ਪੇਪਰ ਨਿਕਲ ਆਏ ਆ ਤੁਹਾਡੇ ਤੇ ਉਹਨਾਂ ਨੂੰ ਕਹੇ ਸਾਨੂੰ ਆਪਣਾ ਲੈਟਰ ਜੋ ਪ੍ਰਫਾਤੂਰੇ ਤੋਂ ਆਇਆ ਜਾਂ ਉਹ ਆਪਣਾ ਜੋ ਆਪਣਾ ਕਹਿ ਸਕਦੇ ਕੋਈ ਮੇਲ ਜਿਹੜੀ ਪ੍ਰਫਾਤੂਰੇ ਤੋਂ ਆਈ ਹੈ ਉਹ ਸਾਨੂੰ ਭੇਜੋ ਸੈਂਡ ਕਰੋ ਜਿੱਦਾਂ ਉਹਨਾਂ ਤੁਹਾਨੂੰ ਰਸੀਬ ਉਤਾ ਭੇਜਣ ਇਹ ਤੇ ਇੱਕ ਰਸੀਬ ਉਤਾ ਰਸੀਦ ਹੈ ਜੀ ਦਾ ਇਹਨਾਂ ਤੋਂ ਥੋੜਾ ਆਪਾਂ ਕਹਿ ਸਕਦੇ ਪੇਪਰ ਨਿਕਲ ਐ ਨਹੀਂ ਜੇ ਬਿਲਕੁਲ ਝੂਠ ਆ ਇਹਦੇ ਵਾਸਤੇ ਸੌਰੀ ਕਿਉਂਕਿ ਜਿੱਦਾਂ ਜਿਹੜੀ ਗੱਲ ਸਹੀ ਆ ਆਪਾਂ ਸਹੀ ਦੱਸਾਂਗੇ ਰਸੀਬ ਉਤੇ ਤੋਂ ਚੌਥਾ ਪੰਜਵਾਂ ਬੰਦਾ ਨਹੀਂਗਾ ਚੈੱਕ ਕਰ ਸਕਦਾ ਤੂੰ ਹੀ ਹੁਣ ਮੈਨੂੰ ਬੜੇ ਜਾਨੇ ਮੈਸੇਜ ਕਰਦੇ ਪਾਜੀ ਇਹ ਚੈੱਕ ਕਰਿਓ ਚੈੱਕ ਕਰੋ ਅਸੀਂ ਨਹੀਂ ਕਰ ਸਕਦੇ ਜੇ ਅਸੀਂ ਚੈੱਕ ਕਰਦੇ ਤਾਂ ਅਸੀਂ ਕਰ ਸਕਦੇ ਅਸੀਂ ਤੁਹਾਨੂੰ ਕਰਕੇ ਦੇ ਦਿੰਦੇ ਸਾਡਾ ਕਿਹੜਾ ਜ਼ੋਰ ਲੱਗਣਾ ਬਟ ਨਹੀਂ ਇਹ ਹੀ ਨਹੀਂ ਕਰ ਸਕਦੇ ਠੀਕ ਹੈ ਜੀ ਉਦਾਂ ਵੱਖਰੀ ਗੱਲ ਕੋਈ ਕਹਦੇ ਦੇ ਦੇ 100 ਯੂਰੋ ਦੇ ਦੇ 200 ਯੂਰੋ ਤੇ ਆਪਾਂ ਤੁਹਾਡਾ ਚੈੱਕ ਕਰਦੇ ਨਾ ਪਰ ਇਹੋ ਜਿਹਾ ਕੋਈ ਮਤਲਬ ਨਹੀਂ ਹੈਗਾ ਜਦੋਂ ਤੁਸੀਂ ਪੇਪਰ ਭਰੇ ਆ ਜਿਹੜੇ ਬੰਦੇ ਨੇ ਪੇਪਰ ਭਰੇ ਉਹੋ ਹੀ ਚੈੱਕ ਕਰੇਗਾ ਠੀਕ ਹੈ ਜੀ ਤੇ ਜੇ ਹੁਣ ਤੁਹਾਨੂੰ ਇਸ ਤੋਂ ਵੱਧ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਜੇ ਤੁਸੀਂ ਚਾਹੁੰਦੇ ਹੋ ਤਾਂ ਉਦਾਂ ਜਿਹੜਾ ਉੱਪਰ ਲਿਖਿਆ ਨਾ ਜੰਤੀਲੀਏ ਤੋਂ نیچے ਲਿਖਿਆ ਜਿੱਥੇ ਸਭ ਤੋਂ ਉੱਪਰ ਨਿਕਾਲੀ ਲਾਈਨ ਉਸ ਤੋਂ نیچے ਦੇਖੋ ਲਾ ਇਨ ਫਾਰਮਾ ਇਨਫਰਮਿਆਮੋ ਕੇ ਐਲ ਮੋਦੋਲੋ ਇਨਫਰਮਾਟਿਕੋ ਇਹ ਸਟੇਟੂ ਰਿਸੀਵਟ ਕੁਰਾਟਮੈਂਟ ਯਾਨੀ ਕਿ ਪੇਪਰ ਜਿਹੜੇ ਆ ਉਹ ਬਿਲਕੁਲ ਕਰੈਕਟ ਭਰੇ ਹੋਏ ਆ ਇਹ ਨਹੀਂ ਕਿ ਆਪਾਂ ਕਹਿੰਦੇ ਇਹ ਵੀ ਗਲਤ ਹੈ ਪੇਪਰ ਉਹਨਾਂ ਨੇ ਭਰੇ ਆ ਪਰ ਜਿਹੜਾ ਉਹ ਕਹਿ ਰਹੇ ਨੇ ਕਿ ਜਦੋਂ ਜਦੋਂ ਨਿਕਲ ਆਏ ਪੇਪਰ ਜੇ ਨਿਕਲ ਆਏ ਤੇ ਉਹਨਾਂ ਨੂੰ ਪੇਪਰ ਦਿੱਤੇ ਜਾਣ ਕਿਉਂਕਿ ਅਗਲੇ ਨੇ ਪੇਮੈਂਟ ਦਿੱਤੀ ਹੈ ਠੀਕ ਹੈ ਪੇਮੈਂਟ ਜਦੋਂ ਕਿਸੇ ਨੇ ਦੇਤੀ ਹੈ ਤੇ ਫਿਰ ਤੁਹਾਨੂੰ ਪੇਪਰ ਦੇਣ ਦੇ ਵਿੱਚ ਕਿਹੜੀ ਕੋਈ ਪ੍ਰੋਬਲਮ ਆ ਰਹੀ ਹੈ ਠੀਕ ਇਸ ਕਰਕੇ ਮੈਂ ਤੇ ਇਹੋ ਕਹਾਂਗਾ ਪੇਪਰ ਨਹੀਂ ਨਿਕਲੇ ਜਿਉਂ ਕਹਿੰਦੇ ਪੇਪਰ ਨਿਕਲਿਆ ਤੇ ਪੇਪਰ ਦਿੱਤੇ ਜਾਣ ਕਿਉਂਕਿ ਉਹਦੇ ਵਿੱਚ ਅਗਲੇ ਦਾ ਨੁਕਸਾਨ ਹੈ ਤੇ ਮੈਂ ਤੇ ਉਹ ਵੀ ਦੇ ਪੇਪਰ ਅਜੇ ਨਹੀਂ ਵੀ ਨਾ ਦੇ ਰਿਹਾ ਤੁਹਾਨੂੰ ਜਾਂ ਲੈ ਕੇ ਨਹੀਂ ਆਏ ਅਜੇ ਤੇ ਤੁਸੀਂ ਗਾਲੀ ਨਾ ਕਰੋ 31 ਅਗਸਤ ਤੱਕ ਜਿਹੜੀਆਂ ਆਪਣੀਆਂ ਅੰਬੈਸੀਆਂ ਜਿਹੜੀਆਂ ਇਹ ਬੰਦ ਆ ਤੇ ਬਾਅਦ ਦੇ ਵਿੱਚ ਫਿਰ ਤੁਸੀਂ ਕਹਿਣਾ ਬੈਸੀ ਨਹੀਂ ਖੁੱਲਦੀ ਅੰਬੈਸੀ ਨਹੀਂ ਖੁੱਲਦੀ ਫਿਰ ਤੁਸੀਂ ਦੂਜੇ ਪਾਸੇ ਰਹਿਣਾ ਪਹਿਲੀ ਗੱਲ ਤੇ ਪੇਪਰ ਨਹੀਂ ਨਿਕਲੇ ਜੇ ਨਿਕਲਾ ਹੈ ਸ਼ੁਕਰ ਮਨਾਓ ਰੱਬ ਦਾ ਭਾਵੇਂ ਤੁਸੀਂ ਲੈ ਲਈਆਂ ਤੇ ਜੇ ਤੁਸੀਂ ਲੈ ਲਏ ਆ ਤੇ ਫਿਰ ਤੁਸੀਂ ਰਿਕੁਐਸਟ ਕਰੋ ਜਾਂ ਹੱਥ ਜੋੜੋ ਰੱਬ ਗਾੜੀ ਵੀ ਅੰਬੈਸੀ ਸ਼ੀਸ਼ੇ ਦੀ ਖੋਲ ਜੇ ਠੀਕ ਹੈ ਤੇ ਜੇ ਹੁਣ ਇਸ ਤੋਂ ਬਾਅਦ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਜਦਾਂ ਪੇਪਰ ਸਾਡੇ ਭਰੇ ਆ ਜਾਂ ਕੋਈ ਫਰਾਡ ਹੋ ਰਿਹਾ ਜਾਂ ਕੁਝ ਤੂੰ ਸਾਨੂੰ ਮੈਂ ਸਾਰੀ ਡਿਟੇਲ ਇਸ ਵੀਡੀਓ ਵਿੱਚ ਦੇ ਚੁੱਕਾ ਹਾਂ ਜੇ ਤੁਹਾਨੂੰ ਲੋੜ ਹੋਵੇ ਹੋਰ ਕੋਈ ਇਨਫੋਰਮੇਸ਼ਨ ਲੈਂਦੇ ਤੂੰ ਸਾਨੂੰ ਪੁੱਛ ਸਕਦੇ ਠੀਕ ਹੈ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਲੈ ਕੇ ਸਬਸਕ੍ਰਾਈਬ ਕਰ ਜੀ ਮਿਹਰਬਾਨੀ